ਨੂਰਪੁਰ ਬੇਦੀ ਬਲਾਕ ਦੇ ਪਿੰਡ ਔਲਖ ਦੇ ਇੱਕ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਪਿੰਡ ਵਾਸੀਆਂ ਨੇ ਸੁੱਖ ਦਾ ਸਾਹ ਲਿਆ ਹੈ। ਹਰਜਾਪ ਸਿੰਘ ਨਾਂ ਦਾ ਇਹ ਸ਼ੱਕੀ ਮਰੀਜ਼ ਜੋ ਕਿ ਟੈਕਸੀ ਚਾਲਕ ਹੈ, ਬੀਤੇ ਦਿਨ ਇੱਕ ਸਵਾਰੀ ਨੂੰ ਲੈ ਕੇ ਪਟਿਆਲੇ ਗਿਆ ਸੀ ਅਤੇ ਉਸ ਸਵਾਰੀ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਪੋਜ਼ੀਟਿਵ ਆਈ ਸੀ। ਇਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਹਰਜਾਪ ਸਿੰਘ ਨੂੰ ਇਕਾਂਤਵਾਸ ਵਿੱਚ ਲਿਜਾ ਕੇ ਉਸ ਦਾ ਟੈਸਟ ਕਰਵਾਇਆ ਗਿਆ ਸੀ, ਜਿਸ ਦੀ ਰਿਪੋਰਟ ਅੱਜ ਨੈਗੇਟਿਵ ਆਈ ਹੈ। ਹਰਜਾਪ ਸਿੰਘ ਦੇ ਸ਼ੱਕੀ ਹੋਣ ਦੀਆਂ ਅਫਵਾਹਾਂ ਕਾਰਨ ਪਿੰਡ ਨੂੰ ਸੀਲ ਕਰ ਦਿੱਤਾ ਗਿਆ ਸੀ। ਸਰਪੰਚ ਪਿੰਡ ਔਲਖ ਜੀ ਹਰਜਾਪ ਸਿੰਘ 24 ਤਰੀਕ ਨੂੰ ਜੀ ਦਿੱਲੀ ਤੋਂ ਪਟਿਆਲੇ ਦੀ ਸਵਾਰੀ ਲੈ ਕੇ ਆਏ ਸੀ ਜੀ। ਉਹਨਾਂ ਵਿੱਚ ਕਰਨ ਸਿੰਘ ਅਤੇ ਗੁਰਪ੍ਰੀਤ ਸਿੰਘ ਜੀ ਸੀ। ਜੋ ਗੁਰਪ੍ਰੀਤ ਸਿੰਘ ਦੀ ਹਫ਼ਤੇ ਬਾਅਦ ਰਿਪੋਰਟ ਆਈ ਹੈ ਜੀ, ਉਹ ਪੋਜ਼ੀਟਿਵ ਪਾਈ ਗਈ ਹੈ ਜੀ। ਸ਼ੱਕੀਆ ਤੌਰ 'ਤੇ ਹਰਜਾਪ ਸਿੰਘ ਨੂੰ ਪਿੰਡ ਔਲਖ ਤੋਂ ਜੀ 31 ਮਾਰਚ ਨੂੰ ਚੱਕ ਕੇ ਲੈ ਗਏ ਸੀ ਜੀ। ਜੋ ਹਰਜਾਪ ਸਿੰਘ ਦੀ ਰਿਪੋਰਟ ਹੈ ਜੀ 1 ਅਪ੍ਰੈਲ ਨੂੰ ਜੀ ਉਹ ਨੈਗੇਟਿਵ ਆਈ ਹੈ ਜੀ। ਪੂਰੇ ਪਿੰਡ ਸੱਜਣ ਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਜੀ, ਸਰਪੰਚਾਂ ਨੂੰ ਕੋਈ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਜੀ। ਬਿਲਕੁਲ ਆਪਣਾ ਜਾਣੀ ਕਿ ਕਰੋਨਾ ਵਾਇਰਸ ਤੋਂ ਸੁਚੇਤ ਰਹਿਣ ਜੀ। ਅਤੇ ਇੰਨਾ ਕੁਛ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।